ਪੰਜਾਬ ਦੀਆਂ ਤੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਮਾਲ ਗੱਡੀਆਂ ਦੇ ਨਾਲ ਨਾਲ ਯਾਤਰੂ ਗੱਡੀਆਂ ਵੀ ਪੰਜਾਬ ਦੇ ਵਿੱਚ ਚਲਾਈਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸੂਬੇ ਦੇ ਵਿੱਚ ਮਾਲ ਗੱਡੀਆਂ ਤੋਂ ਇਲਾਵਾ ਯਾਤਰੂ ਗੱਡੀਆਂ ਨਹੀਂ ਚੱਲਣ ਦੇਵਾਂਗੇ ਉਸ ਤੋਂ ਬਾਅਦ ਖਬਰ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇੱਕ ਬੈਠਕ ਹੋਏਗੀ ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣਾ ਫੈਸਲਾ ਬਦਲ ਸਕਦੀ ਹੈ ਪਰ ਹੁਣ ਖਬਰ ਆ ਰਹੀ ਹੈ ਕਿ ਇਹ ਬੈਠਕ ਮੁਲਤਵੀ ਹੋ ਚੁੱਕੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੀਰ ਨੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਤੇ ਵੀ ਸਵਾਲ ਚੁੱਕੇ ਨੇ ਅਤੇ ਖਰੀਆਂ-ਖਰੀਆਂ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਵੀ ਸੁਣਾ ਦਿੱਤੀਆਂ ਗਈਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਰੇਲ ਰੋਕੋ ਅੰਦੋਲਨ ਚੱਲ ਰਿਹਾ ਉਹ 61ਵੇਂ ਦਿਨ ਵਿੱਚ ਦਾਖਲ ਹੋ ਗਿਆ ਤੇ ਇਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹੂਗਾ ਕੇਂਦਰ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਪ੍ਰਤੀ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਲਿਆਂਦੇ ਆ ਉਹਨਾਂ ਪ੍ਰਤੀ ਨਾ ਤਾਂ ਸੰਜੀਦਾ ਹੈ ਤੇ ਨਾ ਉਹਨਾਂ ਦੀ ਬੋਲਬਾਣੀ 'ਚ ਕੋਈ ਫਰਕ ਆਇਆ ਇਦੋਂ ਗਾਹ ਪਰਾਲੀ ਵਾਲਾ ਐਕਟ ਆ ਗਿਆ ਤਾਂ ਉਹਦੇ ਹੋਰ ਮਾਰਕ ਕੀਤੀ ਆ ਤੇ ਬਿਜਲੀ ਸੋਧ ਬਿਲ 220 ਜਿਉਂ ਦਾ ਤਿਉਂ ਖੜਾ ਵਾ ਕਿਸਾਨਾਂ ਨੂੰ ਜਿਹੜਾ ਵਿਆਜ ਮਾਫੀ ਚ ਕੇਂਦਰ ਵੱਲੋਂ ਹਿੱਸਾ ਆਉਣਾ ਸੀਗਾ ਉਹ ਵੀ ਬੰਦ ਕਰ ਦਿੱਤਾ ਗਿਆ ਕਿਸਾਨਾਂ ਨੂੰ ਨਕਸਲੀ ਆਤਵਾਦੀ ਵਿਚੋਲੀਏ ਇਹ ਤੱਕ ਦੂਜੀਆਂ ਪਾਰਟੀਆਂ ਦੇ ਗੁੰਮਰਾਹ ਹੋਏ ਜਾਂ ਖੇਤੀ ਕਾਨੂੰਨ ਇਹਨਾਂ ਪੜੇ ਹੀ ਨਹੀਂਗੇ ਇਸ ਕਿਸਮ ਦੀ ਭਾਸ਼ਾ ਨਾਲ ਵੀ ਸੰਬੋਧਿਤ ਕੀਤਾ ਗਿਆ ਪ੍ਰਧਾਨ ਮੰਤਰੀ ਜੀ ਲਗਾਤਾਰ ਕਹਿ ਰਹੇ ਸੀ ਵੀ ਅਸੀਂ ਖੇਤੀ ਦੇ ਕਾਨੂੰਨ ਵਾਪਸ ਨਹੀਂ ਲਾਂਗੇ ਸੋ ਇਹ ਸਾਰੇ ਪੱਖ ਸਾਡੇ ਸਾਹਮਣੇ ਆਏ ਆ ਸੋ ਜੋ ਲਗਾਤਾਰ ਅਸੀਂ 20 ਤੇ 22 ਅਕਤੂਬਰ ਨੂੰ ਹੀ ਬਸਤੀ ਟੈਂਕਾ ਵਾਲਾ ਆਪਣੀ ਯੂਨੀਅਨ ਦਾ ਧਰਨਾ ਸਿਸ ਕਰਕੇ ਵਿਹਲਾ ਕਰਤਾ ਸੀ ਵੀ ਇਹ ਜੜੀਆਂ ਮਾਲ ਗੱਡੀਆਂ ਲੰਘਣ ਦੇ ਵਿੱਚ ਕੋਈ ਤਕਲੀਫ ਨਾ ਹੋਵੇ ਉਹ ਸਾਰੇ ਫੈਸਲੇ ਰੇਲ 트랙 ਛੱਡਣਾ ਪਲੇਟਫਾਰਮ ਛੱਡਣਾ ਪਲੇਟਫਾਰਮ ਤੋਂ ਹੇਠਾਂ ਬੈਣਾ ਉਹ ਸਾਰੇ ਪੰਜਾਬ ਦੀਆਂ ਲੋੜਾਂ ਨੂੰ ਵੇਖਦਿਆਂ ਹੋਇਆਂ ਲਏ ਸੀ ਪਰ ਕੇਂਦਰ ਸਰਕਾਰ ਬਜਿੱਤ ਸੀ ਕਿ ਜਦੋਂ ਜਸੇ ਬੰਦੀਆਂ ਗੱਲ ਕਰਨ ਗਈਆਂ ਵੀ ਤੁਸੀਂ ਪਹਿਲੋਂ ਪੈਸੇਂਜਰ ਗੱਡੀਆਂ ਚੱਲਣ ਦਿਓ ਤੇ ਤਾਂ ਹੀ ਅਸੀਂ ਮਾਲ ਗੱਡੀਆਂ ਚਲਾਵਾਂਗੇ ਜਾਂ ਉਹ ਉਸ ਮੀਟਿੰਗ ਤੋਂ ਬਾਅਦ ਜੋ ਕੁਝ ਖੇਤਰੀ ਮੰਤਰੀ ਬਾਹਰ ਆ ਕੇ ਬੋਲੇ ਉਹ ਹੀ ਗੱਲਾਂ ਉਹਨਾਂ ਨੇ ਕਹੀਆਂ ਵੀ ਸਾਡੇ ਕਾਨੂੰਨ ਬਹੁਤ ਵਧੀਆ ਨੇ ਤੇ ਅਸੀਂ ਵਧੀਆ ਕਹਿ ਕੇ ਲਾਗੂ ਕੀਤੇ ਨੇ ਸੋ ਕੇਂਦਰ ਦਾ ਹੱਠ ਧਰਮ ਜਿਹੜਾ ਵਾ ਉਹ ਸਾਰੀਆਂ ਸਮੱਸਿਆਵਾਂ ਦੀ ਵੱਡੀ ਦੇਣ ਆ ਹਾਂ ਤੁਸੀਂ ਵੇਖ ਲਓ ਇੱਕ ਤੌਰ ਤੇ ਕੁਝ ਪ੍ਰਚਾਰ ਮਾਧਿਅਮ ਤੇ ਇਹ ਤੋਂ ਗਾਹਾਂ ਕੁਝ ਅਖੌਤੀ ਬੁੱਧੀਜੀਵੀ ਜਿਹੜੇ ਲਗਾਤਾਰ ਜੜਾ ਵਾ ਇਹਨਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੇ ਆ ਜਾਂ ਪ੍ਰਚਾਰ ਮੱਧਮਾਂ 'ਚ ਕੀ ਪ੍ਰਚਾਰ ਆ ਰਿਹਾ ਉਹ ਕਿਸੇ ਗੱਲ ਦੀ ਹਾਂ ਪੱਖੀ ਹੋਣਾ ਜਾਂ ਨਾ ਪੱਖੀ ਹੋਣਾ ਦਾ ਕੋ ਮਿਆਰਤਾ ਨਹੀਂ ਕੀਤਾ ਜਾ ਸਕਦਾ ਹੁਣ ਦੂਰਦਰਸ਼ਨ ਲਗਾਤਾਰ ਸਭ ਤੋਂ ਵੱਡਾ ਆਧਾਰਾ ਵਾ ਹੈ ਲਗਾਤਾਰ ਖੇਤੀ ਕਾਨੂੰਨਾਂ ਦੇ ਹੱਕ 'ਚ ਬੋਲ ਰਿਹਾ ਤੇ ਕੀ ਇਹ ਮੰਨ ਲਿਆ ਜਾਵੇ ਵੀ ਇਹ ਇਹਨਾਂ ਦੇ ਕਹਿਣ ਮੁਤਾਬਕ ਇਹ ਖੇਤੀ ਦੇ ਕਾਨੂੰਨ ਠੀਕ ਨੇ ਸੋ ਇਸ ਕਰਕੇ ਕਈਆਂ ਨੂੰ ਲੱਗ ਸਕਦਾ ਵਾ ਵੀ ਕੋਈ ਆ ਆ ਅਖੌਤੀ ਬੁੱਧੀਜੀਵੀ ਆ ਬੋਲ ਰਹੇ ਨੇ ਆ ਬੋਲ ਰਹੇ ਨੇ ਉਹਨਾਂ ਦਾ ਆਪੋ ਆਪਣਾ ਸਵਾਲ ਹੁੰਦੇ ਆ ਕਈ ਕੁਛ ਹੀ ਆ ਬਾਕੀ ਇੱਕ ਵੱਡਾ ਬੁੱਧੀਜੀਵੀਆਂ ਦਾ ਸਿਆਣਾ ਤਬਕਾ ਜਿਹੜਾ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਇਹ ਖੇਤੀ ਬੁੱਲਾ ਦੇ ਵਿਰੋਧ ਵਿੱਚ ਸਹੀ ਤੇ ਸਾਰਥਕ ਗੱਲਾਂ ਲਿਖ ਰਿਹਾ ਵਾ ਸੋ ਇਹ ਤੋਂ ਗਾਹਾਂ ਜਿਹੜੀ ਸਾਡੀ ਅੱਜ ਮੀਟਿੰਗ ਹੋਣੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਉਹ ਰਾਤ ਜਿਹੜਾ ਆਈਜੀ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਕਿਹਾ ਪੀ ਮੁੱਖ ਮੰਤਰੀ ਪੰਜਾਬ ਸ਼ਾਇਦ ਅੱਜ ਉਹਨਾਂ ਦੇ ਕਹਿਣ ਮੁਤਾਬਕ ਸਾਨੂੰ ਨਹੀਂ ਪੂਰੀ ਰਿਪੋਰਟ ਵੀ ਅੱਜ ਉਹਨਾਂ ਨੂੰ ਜਿਹੜੀ ਆ ਮੀਟਿੰਗ ਮਿਲ ਗਈ ਆ ਦਿੱਲੀ ਦੇ ਵਿੱਚ ਉਹ ਤੋਂ ਦਿੱਲੀ ਜਾ ਰਹੇ ਗ੍ਰਹਿ ਮੰਤਰੀ ਨਾਲ ਮਿਲਣ ਤੇ ਸ਼ਾਇਦ ਰਾਤ ਵੀ ਸਟੇ ਕਰਨਾ ਤੇ ਫਿਰ ਜੀ ਪ੍ਰੈਜ਼ੀਡੈਂਟ ਨਾਲ ਮਿਲਣ ਦਾ ਵੀ ਕੰਮ ਆ ਤੇ ਇਸ ਕਰਕੇ ਕੱਲ ਤੇ ਪਰਸੋਂ ਜਿਹੜੀ ਤੁਹਾਡੇ ਨਾਲ ਮੀਟਿੰਗ ਰੱਖੀ ਸੀ ਇਹ ਮਜਬੂਰੀ ਵਾਸਤੇ ਜਿਹੜੀ ਆ ਨਹੀਂ ਹੋ ਪਾਉਣੀ ਤੇ ਤੁਹਾਨੂੰ 25 ਤਰੀਕ ਨੂੰ ਮੀਟਿੰਗ ਦਿੱਤੀ ਜਾਊਗੀ ਹੁਣ ਜਰਾ ਰਾਤ ਆਈਜੀ ਬਾਰਡਰ ਜ਼ੋਨ ਨਾਲ ਜਿਹੜੀ ਗੱਲਬਾਤ ਹੋਈ ਆ ਉਹਨਾਂ ਮੁਤਾਬਕ ਵੀ 25 ਤਰੀਕ ਨੂੰ 2:30 ਵਜੇ ਪੰਜਾਬ ਭਵਨ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਡੀਆ ਨੂੰ ਕਈ ਵਾਰੀ ਭੁਲੇਖਾ ਲੱਗਦਾ ਵੀ ਸਾਡੀ ਗੱਲਬਾਤ ਖਾਸ ਕਰਕੇ ਪੰਜਾਬ ਵਾਲੇ ਮੁੱਦਿਆਂ ਤੇ ਹੈਗੀ ਹੈ ਜਿਹੜੀ ਪੰਜਾਬ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਂਦੀ ਤੇ ਇਹ ਮੀਟਿੰਗ ਅਜ ਤੋਂ 15 ਦਿਨ ਪਹਿਲਾਂ ਲਈ ਹੀ ਸੀ ਜਿਹੜਾ ਕੋਈ ਹੋਣ ਮੁੱਦਾ ਉਹਦੇ ਨਾਲ ਸੰਬੰਧਿਤ ਨਹੀਂ ਹੈਗੀ ਸੋ ਉਹਦੇ ਵਿੱਚ ਗੱਲਬਾਤ ਅੱਗੇ ਵੀ ਹੋ ਸਕਦੀ ਆ ਸੋ ਹਾਲੇ ਜਦੋਂ ਸਾਨੂੰ ਚਿੱਠੀ ਆਜੂਗੀ ਉਹ ਕਹਿੰਦੇ ਸੀ ਵੀ ਸਵੇਰੇ ਕੋਈ ਐਤਵਾਰ ਦਾ ਦੇਣਿਆ ਕੱਲ ਤੇ ਸਵੇਰੇ ਤੁਹਾਨੂੰ ਜਦੋਂ ਚਿੱਠੀ ਆਜੂਗੀ ਤੋ ਅਸੀਂ ਉਹ ਗੱਲਬਾਤ ਦੀ ਜਿਹੜੀ ਤਰੀਕ ਹੈ ਜਿਹੜੀ 25 ਤਰੀਕ ਆਈਜੀ ਵੱਲੋਂ ਫੋਨ ਕਰਕੇ ਦੱਸੀ ਗਈ ਆ ਪਰ ਅਸੀਂ ਕਿਹਾ ਸਾਨੂੰ ਚਿੱਠੀ ਫੇਜੋ ਜਦੋਂ ਚਿੱਠੀ ਫੇਜੋਗੇ ਉਦੋਂ ਅਸੀਂ ਵਿਚਾਰ ਕਰ ਲਾਂਗੇ ਉਹਦੇ ਵਿੱਚ ਵੀ ਜਾਣਾ ਕਿ ਨਹੀਂ ਜਾਣਾ ਜਾਂ ਕੀ ਕਰਨਾ ਸੋ ਜੇ ਚਿੱਠੀ ਆਊਗੀ ਫਿਰ ਉਹਦੇ ਤੇ ਤੁਹਾਨੂੰ ਦੱਸ ਦਿੱਤਾ ਵੀ ਸਾਨੂੰ ਚਿੱਠੀ ਆ ਗਈ ਤੇ ਸਾਡੀ 25 ਤਰੀਕ ਨੂੰ ਗੱਲਬਾਤ ਹੋ ਰਹੀ ਆ ਹਜੇ ਤੱਕ ਇਹੀ ਅਪਡੇਟ ਸੀਗੀ ਇਹ ਤੋਂ ਗਾਹਾਂ ਜਿਹੜਾ ਮਾਲ ਗੱਡੀਆਂ ਦਾ ਲੰਗਾ ਵਾ ਉਹ ਕਿਸਾਨ ਮਜ਼ਦੂਰ ਸ਼ਕਰਚ ਕਮੇਟੀ ਵੱਲੋਂ ਜਾ ਰਹੀ ਆ ਤੇ ਬਾਕੀ ਫੈਸਲੇ ਅਦੇ ਬਾਰੇ ਨਹੀਂ ਹੋਏ ਸੋ ਇਸ ਤਰੀਕੇ ਨਾਲ ਬਹੁਤ ਵਾਰੀ ਇਹ ਕਿਹਾ ਜਾਂਦਾ ਵਾ ਜਦੋਂ ਪ੍ਰਚਾਰ ਮਾਧਮਾ 'ਚ ਕੇਂਦਰ ਨਾਲ ਗੱਲਬਾਤ ਹੋਣ ਚੱਲੀ ਤੇ ਪ੍ਰਚਾਰ ਮਾਧਮਾ 'ਚ ਲਗਾਤਾਰ ਪ੍ਰਚਾਰ ਆਉਂਦਾ ਰਿਹਾ ਕਿ ਕਿਸਾਨਾਂ ਨੂੰ ਗੱਲ ਕਰਨੀ ਚਾਹੀਦੀ ਆ ਇਹ ਵੀ ਸਹੀ ਗੱਲ ਸੀ ਵੀ ਗੱਲਬਾਤ ਤੋਂ ਬਿਨਾਂ ਮਸਲੇ ਹੱਲ ਨਹੀਂ ਹੁੰਦੇ ਗੱਲ ਕਰਨੀ ਚਾਹੀਦੀ ਆ ਪਰ ਦੂਸਰਾ ਪੱਖ ਸੀ ਵੀ ਜਿਹੜਾ ਉਸ ਵੇਲੇ ਗੱਲਬਾਤ ਦਾ ਮਾਹੌਲ ਸੀਗਾ ਉਹ ਹੈ ਹੀ ਨਹੀਂ ਸੀਗਾ ਇੱਕ ਬੰਨੇ ਕਹਿੰਦੇ ਸੀ ਗੱਲ ਕਰਨੀ ਆ ਕਰ ਲੋ ਕਾਨੂੰਨ ਕਨਾਨ ਨਹੀਂ ਰੱਦ ਹੋਣੇ ਉਹਨਾਂ ਹਾਲਾਤਾਂ ਵਿੱਚ ਅਸੀਂ ਨਾ ਜਾਣ ਦਾ ਫੈਸਲਾ ਕੀਤਾ ਸੋ ਪਹਿਲੋ ਪ੍ਰਚਾਰ ਮਾਧਮਾ ਦੀ ਵਾਚ ਆਮ ਪ੍ਰਤੀਕਿਰਿਆ ਹੋਰ ਪੱਖ ਦੀ ਸੀ ਜਦੋਂ ਗੱਲਬਾਤ ਟੁੱਟ ਗਈ ਤਾਂ ਫਿਰ ਉਹੀ ਮੀਡੀਆ ਸਾਨੂੰ ਕਹਿੰਦਾ ਵੀ ਤੁਹਾਡਾ ਪੱਖ ਠੀਕ ਸੀਗਾ ਸੋ ਹਵਾ ਨਾ ਚੱਲਦਾ ਹੁੰਦਾ ਬਹੁਤ ਵਾਰੀ ਇਹ ਤੋਂ ਬਾਅਦ ਦੂਜੀ ਵਾਰੀ ਗੱਲਬਾਤ ਹੋਈ ਫਿਰ ਗੱਲਬਾਤ ਹੋਈ ਆ ਫਿਰ ਗੱਲਬਾਤ ਦੇ ਵਿੱਚ ਕੋਈ ਸਾਰਥਕ ਸਿੱਟੇ ਨਹੀਂ ਨਿਕਲੇ ਉਹੀ ਪ੍ਰਚਾਰ ਮਾਧਮਾ 'ਚ ਇਹ ਹੁੰਦਾ ਰਿਹਾ ਵੀ ਗੱਲਬਾਤ ਦੇ ਅੰਦਰ ਕਹਿੰਦੇ ਮਾਹੌਲ ਬੜਾ ਵਧੀਆ ਸੀ ਪਰ ਪੰਜਾਂ ਦਿਨਾਂ ਬਾਅਦ ਉਹ ਮੀਡੀਆ ਚੋਂ ਡਾ ਪਿਆ ਵੀ ਗੱਲਬਾਤ ਦਾ ਮਾਹੌਲ ਗੱਲ ਤਾਂ ਕੋਈ ਨਿਕਲੀ ਨਹੀਂ ਸਗੋਂ ਉਲਟਾ ਪ੍ਰੈਸ਼ਰ ਪਾਇਆ ਗਿਆ ਕੀ ਪ੍ਰੈਸ਼ਰ ਪਾਇਆ ਗਿਆ ਵੀ ਤੁਹਾਡੀ ਕਿਸਾਨਾਂ ਦੀ ਸਾਂਝੀ ਕਮੇਟੀ ਬਣਾ ਦਿੰਨੇ ਆ ਸਾਂਝੀ ਕਮੇਟੀ ਤਾਂ ਬਣੂਗੀ ਪਹਿਲੋ ਅੰਦੋਲਨ ਵਾਪਸ ਲਓ ਤੇ ਇਹ ਤੋਂ ਗਾਹ ਮਾਲ ਗੱਡੀਆਂ 'ਤੇ ਇਹ ਕਹਤਾ ਪੀਸ਼ ਗੋਲ ਜੀ ਨੇ ਵੀ ਪਹਿਲੋ ਪੈਸੇਂਜਰ ਗੱਡੀਆਂ ਚਲਾਓ ਸੋ ਉਲਟੇ ਦਬਾਅ ਪਾਏ ਕਿ ਕਿਸਾਨ ਆਗੂਆਂ ਤੇ ਸੋ ਉਹਦੀ ਸਾਰਥਕਤਾ ਕੀ ਨਿਕਲ ਗਈ ਸੋ ਇਸ ਕਰਕੇ ਅਸੀਂ ਹਮੇਸ਼ਾ ਹੀ ਜੇ ਨਾ ਕਹਿੰਦੇ ਰਹੇ ਆ ਤਾਂ ਅਣਖ ਦਾ ਸਵਾਲ ਨਹੀਂ ਰਿਹਾ ਉਹਦੇ ਪਿੱਛੇ ਦਲੀਲਾਂ ਦਿੰਦੇ ਰਹੇ ਵੀ ਆਹ ਸਾਡੇ ਸਵਾਲ ਨੇ ਕਿਉਂ ਨਹੀਂ ਜਾ ਰਹੇ ਜੇ ਹਾਂ ਕਹਿੰਦੇ ਰਹੇ ਆ ਉਹਦੇ ਪਿੱਛੇ ਵੀ ਸਾਡੀਆਂ ਦਲੀਲਾਂ ਰਹੀਆਂ ਨੇ ਵੀ ਆਹ ਦਲੀਲਾਂ ਕਰਕੇ ਅਸੀਂ ਹਾਂ ਕਰ ਰਹੇ ਨੇ ਸੋ ਇਸ ਕਰਕੇ ਅਸੀਂ ਕਦੀ ਵੀ ਸਰਕਾਰਾਂ ਦੀਆਂ ਗਿੱਦੜ ਧਮਕਿਆਂ ਤੋਂ ਨਹੀਂ ਡਰੇ ਚਾਹੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਸੋ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੜ ਰਹੇ ਆ 10 ਕਿਸਾਨ ਸਾਡੇ ਸ਼ਹੀਦ ਹੋਏ ਆ ਕੋਈ ਸਰਕਾਰ ਜ਼ਬਰਦਸਤੀ ਕਰਕੇ ਸਾਰਾ ਕੁਝ ਲੱਦ ਕੇ ਫੈਸਲੇ ਲਾਗੂ ਕਰਾਜੂਗੀ ਕੋਈ ਗੱਲ ਅਸੀਂ ਚੱਲਣ ਨੂੰ ਤਿਆਰ ਆ ਓਪਨਲੀ ਤੇ ਕੇਂਦਰ ਨੂੰ ਕਹਿੰਨੇ ਆ ਵੀ ਪ੍ਰਸਥਿਤੀਆਂ ਹੋਰ ਖਰਾਬ ਹੋਣਗੀਆਂ ਸਮਾਂ ਰਹਿੰਦਿਆਂ ਉਹ ਸਮੇਂ ਨੂੰ ਸਭ ਇਹ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕਰੇ ਇਹ ਤੋਂ ਕਹਾ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਤੇ ਦਬਾਅ ਬਣਾਉਂਦੀ بجائے ਕੇਂਦਰ ਤੇ ਦਬਾਅ ਬਣਾਵੇ ਕੇਂਦਰ ਜ਼ਿੰਮੇਵਾਰ ਆ ਜੇ ਪੰਜਾਬ ਪੰਜਾਬ ਦਾ ਰਾਖਾ ਕਹੋਂ ਦੀ ਗੱਲ ਕਰਦਾ ਤੇ 40 ਕਰੋੜ ਰੁਪਇਆ ਲੱਗਦਾ ਵਾ ਉਹ ਟਵਾਟਵਾਈ ਚਲਾ ਕੇ ਸਗੋਂ ਪੰਜਾਬ ਤੇ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਖਾਦਾਂ ਆ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਵੱਡੇ ਪੱਧਰ ਤੇ ਲੋਕਾਂ ਨੇ ਖਾਦ ਲੈ ਵੀ ਆਂਦੀ ਆ ਸੋ ਇਹ ਨਹੀਂ ਵੀ ਅੱਜ ਕਿਤੇ ਆ ਦੋ ਦਿਨ ਪਹਿਲਾਂ ਸਾਰੀ ਸਥਿਤੀ ਜਿਹੜੀ ਆ ਰਿਪੋਰਟਿਕ ਹੋ ਗਈ ਆ ਪੰਜਾਬ ਦੇ ਹਾਲਾਤ ਕਿਤੇ ਵਿਗੜ ਗਏ ਨੇ ਇਹ ਹਾਲਾਤ ਤਾਂ ਪਿਛਲੇ 50 ਜ਼ਿਲ੍ਹਿਆਂ ਤੋਂ ਵਿਗੜੇ ਹੋਏ ਨੇ ਤੇ ਜਦੋਂ ਕੋਈ ਕੌਮਾਂ ਲੜਦੀਆਂ ਹੁੰਦੀਆਂ ਵਾ ਤਾਂ ਉਹਨਾਂ ਨੂੰ ਇੰਨਾ ਪ੍ਰਸਤਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਸਾਡਾ ਕਦੀ ਬਿਆਨ ਨਹੀਂ ਖਬਰਾਂ 'ਚ ਛਪਿਆ ਵੀ ਸਾਡੀ ਮੁੱਚ ਦਾ ਸਵਾਲ ਆ ਰੇਲ ਰੋਕੋ ਅੰਦੋਲਨ ਜਾਂ ਕੋਈ ਵੀ ਅੰਦੋਲਨ ਜਾਂ ਸਾਡੀ ਅਣਖ ਦਾ ਸਵਾਲ ਆ ਅਸੀਂ ਹਮੇਸ਼ਾ ਸਮੇਂ ਦੀ ਨਜ਼ਾਕਤ ਨੂੰ ਵਿਚਾਰ ਕੇ ਜੇ ਜਿਹੜੇ ਕੋਈ ਖੇਤੀ ਕਾਨੂੰਨ ਕਿਸਾਨ ਤੇ ਮਜ਼ਦੂਰ ਲਹਿਰ ਦੇ ਵਜੂਦ ਨਾਲ ਜੁੜੇ ਹੋਏ ਆ ਵੀ ਖੇਤੀ ਅਰਥਚਾਰਾ ਪੰਜਾਬ ਦਾ ਇਹਦੇ ਨਾਲ ਉਜਾੜਾ ਹੋ ਜਾਣਾ ਇਸ ਕਰਕੇ ਹੀ ਅਸੀਂ ਜਣਾ ਵਾ ਇੱਥੇ ਡਟੇ ਹੋਏ ਆ ਵੀ ਪਾਓ ਹੁਣ ਤੱਕ ਕਰੋ ਮਰੋ ਦੀ ਲੜਾਈ ਆ ਇਹ ਅੰਦੋਲਨ ਜਾਂਦਾ ਰਿਹਾ ਤੇ ਕਿਸਾਨੀ ਜਾਂਦੀ ਰਹੂ ਸੋ ਹਮੇਸ਼ਾ ਹੀ ਡਟ ਕੇ ਤੇ ਕਦੀ ਵੀ ਕਿਸੇ ਕਿਸਮ ਦੇ ਦਬਾਅ ਚ ਆ ਕੇ ਫੈਸਲੇ ਨਹੀਂ ਕੀਤੇ ਸਮਝ ਤੇ ਸੋਚਣਾ ਫੈਸਲੇ ਕੀਤੇ ਆ ਸੋ ਅਜੇ ਤੱਕ ਸਾਸੀ ਆਪ ਦੇ ਫੈਸਲੇ ਤੇ ਕਾਇਮ ਆ ਸੋ ਇਸ ਤਰੀਕੇ ਨਾਲ ਤੇ ਪੂਰੀ ਤਰ੍ਹਾਂ ਜਿਹੜਾ ਦਿੱਲੀ ਦੀ ਤਿਆਰੀ ਆ ਉਹ ਪੂਰੇ ਪੰਜਾਬ ਵਿੱਚ ਜੋਰਾਂ ਤੇ ਚੱਲ ਰਹੀ ਆ ਤੇ ਕੇਂਦਰ ਸਰਕਾਰ ਨੇ ਜਿਹੜੀ ਇਹ ਸਾਨੂੰ ਨਾਮਨਜ਼ੂਰੀ ਦੇ ਕੇ ਇਹ ਤਕਾ ਕੀਤਾ ਵਾ ਧੁੱਖਾ ਕੀਤਾ ਵਾ ਡਿਕਟੇਟਰਸ਼ਿਪ ਆ ਤੇ ਜਿਵੇਂ ਕਰੋਨਾ ਦੇ ਬਹਾਨੇ ਬਣਾਏ ਜਾ ਰਹੇ ਆ ਸੋ ਕਰੋਨਾ ਦੇ ਨਾਂ ਤੇ ਫਿਰ ਜਿਹੜਾ ਵਾ ਅੰਦੋਲਨ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਜਾਇਆ ਵਾ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਵਰਗ ਕੋਈ ਵਰਗ ਦਾ ਵਿਰੋਧ ਨਹੀਂ ਹੈ ਕਿਸੇ ਵਪਾਰੀ ਹੋਵੇ ਟਰਾਂਸਪੋਰਟ ਵਾਲੇ ਹੋਣ ਮਲਾਜਮ ਹੋਣ ਮਜ਼ਦੂਰ ਹੋਣ ਕਿਸਾਨ ਹੋਣ ਸਾਰੇ ਵਰਗ ਰਲ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਆ ਤੇ ਬਹੁਤ ਵੱਡਾ ਅੰਦੋਲਨ ਉੱਸਰੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ